अल्लाह। हजूर पाक दे एक गुलाम ने जिन्हा दा नाम है हजरत सफीना रजी अल्लाह ताला अन्हो। ये हजूर दे गुलाम एक बारी जांदे पे हजूर दे नाल ते हजूर पाक सल्लल्लाहु अलैहि वसल्लम दा काफला अगां चला गया। ये हजूर दा सुहाबी थुड़किया ते पिछा रह गया। ये थोड़े पिछा रह गए ना कि ये बोलो सफीना कौन है सुहाबा दा ना है बोलो की ना है हजरत सफीना पुत्र तू जरा कैमरे तो आई उड़ा हो जाओ बेली बेचारा कदों दा आंदा पे तकरीर हो गई सुन 35-40 मिनट ते होर 10-15 मिनट सुनावा या अद्धा घंटा सुनावा ताडी मर्जी मेरे को मौजूद त्राए घंटे का भी नहीं मुकता पर तुसी माड़ी जी सुभान अल्लाह बोलदे रहो यारो पिछलियां दी आवाज नहीं आंदी पिछले बुढ़े हो गए अल्लाह उन्हें सदा जवान रखता जरा सुभान अल्लाह बोलता सखी सुल्तान बाऊ फरमांदे बिस्मिल्लाह आलम ओ यारा छुट सी आलम ए सारा हू खतो पे खते दुरूद नबी थे नबी थे हजूर दा सहाबी चलदा चलदा ना हजूर दा सहाबी चलदा चलदा रात नेरी ते अगो आ गया जंगल दा शेर मैं गल नहीं तोड़ी उस मौजू ते पढ़दा पिया एक बार तू हो जा सोने दा फिर सारी खुदाई तेरी मौजू तो छड़ना ही नहीं ना पूरा मौजू कड़ाकेदार हजूर पाक दा सहाबी अगो आ गया जंगल दा शेर बग्याड़ आ गया ते जंगल दा शेर कुछ 5-7 दिन दा भुखा ते अगे जदो इंसान नजर आ गया हुन बग्याड़ शेर गरजिया शेर गरजिया ते अगे खलोन वाला सईदा जारा पाक दे बाबे दा गुलाम है
ਕੋਈ ਤੇਰੇ ਮੇਰੇ ਵਰਗਾ ਜਾਂ ਮੇਰੇ ਵਰਗਾ ਮਾੜਾ ਨਹੀਂ ਸੀ, ਉਹ ਤਾਂ ਹਜ਼ੂਰ ਦੇ ਕਦਮਾਂ 'ਚ ਬਹਿ ਤੇ ਪੜਨ ਵਾਲਾ ਨਬੀ ਪਾਕ ਦਾ ਸੁਹਾਬੀ ਹੈ ਨਾ। ਤੇ ਕੀ ਸ਼ੇਰ ਬੋਲਿਆ ਨਾ, ਸ਼ੇਰ ਤਾੜਿਆ ਤੇ ਨਬੀ ਪਾਕ ਦੇ ਸੁਹਾਬੀ ਨੇ ਫਰਮਾਇਆ ਯਾ ਅਬਲ ਹਾਰਸ ਅਨਾ ਮੌਲਾ ਰਸੂਲ ਅੱਲਾਹ। ਓਏ ਸ਼ੇਰਾ ਐਵੇਂ ਸ਼ੋਖੀ ਨਾ ਕਰੀ, ਤੈਨੂੰ ਪਤਾ ਨਹੀਂ ਮੈਂ ਮੁਹੰਮਦ ਅਰਬੀ ਦਾ ਗੁਲਾਮ ਆ। ਕਾਨਣ ਦੇ ਵਾਲੀ ਦੇ ਗੁਲਾਮੋ, ਜਿਹੜੇ ਵੇਲੇ ਨਬੀ ਕਰੀਮ ਦੇ ਸਹਾਬੀ ਨੇ ਇੰਨੀ ਗੱਲ ਕੀਤੀ ਤੇ ਸ਼ੇਰ ਆਪਣੀ ਪੂਛਲ ਹਲਾਣੀ ਸ਼ੁਰੂ ਕਰ ਦਿੱਤੀ ਹੈ, ਤੇ ਜਿਹੜਾ ਸ਼ੇਰ ਫੜ ਕੇ ਸ਼ੇਰ ਜਿਹੜਾ ਝਪਟਣ ਲੱਗਿਆ ਗੇ ਉਹ ਝਟ ਦੀ ਝਟ ਗੁਲਾਮ ਬਣ ਗਿਆ ਗੇ, ਤੇ ਸ਼ੇਰ ਪੂਛਲ ਹਲਾ ਕੇ ਅੱਗੇ ਅੱਗੇ ਤੁਰ ਪਿਆ ਏ, ਉਹ ਜਿਹੜਾ ਪਹਿਲੇ ਖਾਣਾ ਚਾਹੁੰਦਾ ਗੇ ਹੁਣ ਕੰਮੀ ਬਣ ਕੇ ਅੱਗੇ ਅੱਗੇ ਤੁਰਿਆ ਜਾਂਦਾ ਗੇ। ਤੇ ਗੋਇਆ ਆਪਣੀ ਬਾਡੀ ਲੈਂਗੁਏਜ ਨਾਲ ਕਹਿੰਦਾ ਹੈ, ਆਪਣੀ ਜ਼ਬਾਨੇ ਹਾਲ ਨਾਲ ਕਹਿੰਦਾ ਹੈ, ਉਹ ਸੁਣਿਆ ਜੇ ਤੂੰ ਮੁਹੰਮਦ ਦਾ ਗੁਲਾਮ ਹੈ ਫਿਰ ਮੈਂ ਤੇਰਾ ਗੁਲਾਮ। ਤੇ ਫਿਰ ਕਿਉਂ ਨਾ ਆਖਿਆ ਇੱਕ ਵਾਰ ਤੂੰ ਹੋ ਜਾ ਸੋਨੇ ਦਾ ਫਿਰ ਸਾਰੀ ਖੁਦਾਈ ਤੇਰੀ ਹੈ। ਇੱਕ ਵਾਰ ਤੂੰ ਹੋ ਜਾ ਸੋਹਣੇ ਦਾ ਫਿਰ ਸਾਰੀ ਖੁਦਾਈ ਤੇਰੀ, ਜੰਗਲ ਦੇ ਸ਼ੇਰ ਵੀ ਤਾਬੇਦਾਰੀਆਂ ਤੇਰੀਆਂ ਕਰਨਗੇ, ਫਿਰ ਹਰ ਚੀਜ਼ ਤਾਬੇਦਾਰੀ ਤੇਰੀ ਕਰੇਗੀ। ਆ ਤਵੱਜੋ ਫਰਮਾ, ਸ਼ੇਰ ਤੋਂ ਸ਼ੇਰ ਵਾਲ ਗੱਲ ਲੈ ਕੇ ਜਾਈਏ ਜੇ ਸੁਭਾਨ ਅੱਲਾ ਬੋਲੋ ਤਾਂ। ਮੇਰੇ ਤੇਰੇ ਸੋਹਣੇ ਮਦੀਨੇ ਵਾਲੇ ਦੀ ਥੋੜੀ ਜਿਹੀ ਉਮਰ, ਕੁਝ ਪੰਜਾਂ ਚਾਰ ਸਾਲਾਂ ਦੀ ਉਮਰ ਸੋਹਣੇ ਮੁਹੰਮਦ ਅਰਬੀ ਦੀ, ਤੇ ਵਿਹੜਾ ਏ ਅੰਮਾ ਹਲੀਮਾ ਸਾਦੀਆ ਦਾ, ਤੇ ਵਿੱਚ ਖੇਡਦਾ ਏ ਸੋਹਣਾ ਆਮਨਾ ਦਾ ਲਾਲ। ਤੇ ਇੱਕ ਦਿਨ ਅੰਮਾ ਹਲੀਮਾ ਸਾਦੀਆ ਨੂੰ ਕਹਿੰਦੇ ਨੇ, ਮੇਰੇ ਸੋਹਣੇ ਮਦੀਨੇ ਵਾਲਾ, ਅੰਮਾ ਉਮਰ ਥੋੜੀ ਜਿਹੀ ਏ ਮੇਰੇ ਤੇਰੇ ਸੋਹਣੇ ਹਜ਼ੂਰ ਦੀ, ਅੰਮਾ ਆ ਮੇਰਾ ਭਰਾ ਕਿੱਧਰ ਜਾਂਦਾ ਬੱਕਰੀਆਂ ਲੈ ਤੇ? ਅੰਮਾ ਕਹਿਣ ਲੱਗੀ ਵੇ ਪੁੱਤਰਾ ਇਹ ਨਾ ਬੱਕਰੀਆਂ ਚਰਾਣ ਜਾਂਦਾ। ਅੰਮਾ ਮੈਨੂੰ ਨਹੀਂ ਜਾਣ ਦਿੰਦੀ? ਅੰਮਾ ਮੈਨੂੰ ਵੀ ਜਾਵਣ ਦੇ। ਅੰਮਾ ਕਹਿਣ ਲੱਗੀ ਵੇ ਪੁੱਤਰਾ ਅੱਗੇ ਦੁਨੀਆਂ ਦੀ ਨਜ਼ਰਾਂ ਤੇਰੇ ਤੇ ਬੜੀਆਂ ਨੇ, ਤੈਨੂੰ ਨਜ਼ਰ ਲੱਗ ਗਈ ਜਾਂ ਕੋਈ ਲੈ ਤੇ ਚਲਾ ਗਿਆ ਜਾਂ ਕਿਸੇ ਨੇ ਸ਼ਹੀਦ ਕਰਤਾ ਜਾਂ ਕਿਸੇ ਨੇ ਖੋ ਲਿਆ, ਤੇ ਮੈਂ ਕੀ ਕਰਾਂਗੀ? ਇੱਕ ਵਾਰੀ ਟਾਲਾ ਟਲਾਈ ਕਰਤੀ। ਫਿਰ ਸੋਹਣੇ ਨੇ ਕਿਸੇ ਦਿਨ ਫਿਰ ਇਜਾਜ਼ਤ ਮੰਗੀ, ਅੰਮਾ ਮੈਨੂੰ ਇਜਾਜ਼ਤ ਦੇ ਮੈਂ ਵੀ ਆਪਣੇ ਵੀਰ ਨਾਲ ਬੱਕਰੀਆਂ ਚਰਾਵਣ ਜਾਵਾਂ। ਤੇ ਹਲੀਮਾ ਨੇ ਤਾਂ ਆਪਣੇ ਅੱਖਾਂ ਨਾਲ ਵੇਖੀ ਸੀ। ਇੱਕ ਵਾਰੀ ਮੁਲਕੇ ਸ਼ਾਮ ਦੇ ਬਾਜ਼ਾਰ 'ਚ ਉੱਥੇ ਨਾਲ ਸ਼ਹਿਰ ਦੇ ਬਾਜ਼ਾਰ 'ਚ ਗਈ ਆਪਣੇ ਕਬੀਲੇ ਤੋਂ ਬਾਹਰ, ਤੇ ਉੱਥੇ ਇੱਕ ਯਹੂਦੀ ਨਾਲ ਸੌਦਾ ਪਿਆ ਵੇਚੇ, ਤੇ ਸੌਦਾ ਵੇਚਦੇ ਵੇਚਦੇ ਨਾਲ ਤੇ ਛੋਟੇ ਜਿਹੇ ਹਜ਼ੂਰ ਵੀ ਨਾਲ ਨੇ ਹਲੀਮਾ ਸਾਦੀਆ ਦੇ, ਇਹ ਲਿਖਿਆ ਸੀਰਤ ਇਬਨੇ ਹਿਸ਼ਾਮ ਵਾਲੇ ਨੇ, ਤਾਂ ਹਜ਼ੂਰ ਪਾਕ ਨਾਲ ਨੇ। ਤੇ ਹਜ਼ੂਰ ਪਾਕ ਜਦੋਂ ਉੱਥੇ ਕੋਲ ਗਿਆ ਨਾ, ਤੇ ਉਹ ਜਿਹੜਾ ਯਹੂਦੀ ਸੀ ਸੌਦਾ ਲਾ ਤੇ ਬੈਠਾ ਸੀ, ਉਹ ਆਪਣਾ ਸੌਦੇ ਵੱਲ ਛੱਡ ਕੇ ਤੇ ਹਜ਼ੂਰ ਦੇ ਮੁੱਖ ਵੱਲ ਵੇਖਣ ਲੱਗ ਪਿਆ। ਤੇ ਉਹਨੇ ਨਾ ਉਹਨੇ ਰੌਲਾ ਪਾਤਾ ਬਾਜ਼ਾਰ ਵਿੱਚ, ਉਹ ਦੁਨੀਆ ਵਾਲਿਓ ਇਸ ਬੱਚੇ ਨੂੰ ਫੜ ਕੇ ਕਤਲ ਕਰ ਦਿਓ, ਅਗਰ ਇਹ ਵੱਡਾ ਹੋ ਗਿਆ ਤੇ ਇਹਨੇ ਸਾਡੀਆਂ ਬਾਦਸ਼ਾਹੀਆਂ ਖਤਮ ਕਰ ਦੇਣੀਆਂ ਨੇ। ਤੇ ਹਲੀਮਾ ਕਹਿੰਦੀ ਮੈਂ ਛੇਤੀ ਨਾਲ ਬੁੱਕਲ ਚ ਲਿਆ ਤੇ ਮੁਹੰਮਦ ਨੂੰ ਲੈ ਕੇ ਅੱਪੜ ਗਈ ਆਪਣੇ ਕਬੀਲੇ। ਹੁਣ ਜਿਹਦੇ ਨਾਲ ਇਹ ਗੱਲਾਂ ਹੋਈਆਂ ਹੋਣ ਉਹ ਕਦੋਂ ਘੱਲਦੀ ਸੀ? ਜਿਹਨੇ ਇਹ ਗੱਲਾਂ ਵੇਖ ਲਈਆਂ ਹੋਣ, ਅੱਖਾਂ ਨਾਲ ਵੇਖੀਆਂ ਹੋਣ, ਉਹ ਕਦੋਂ ਮੁਹੰਮਦ ਨੂੰ ਭੇਜਦੀ ਸੀ? ਤੇ ਕੀ ਹੋਇਆ? ਜਦੋਂ ਸੋਹਣਾ ਬੋਲਦਾ ਉਦੋਂ ਰਸ ਗੋਲਦਾ ਨਾ, ਤੇ ਫਿਰ ਕਿਸੇ ਕੋਲ ਨਹੀਂ ਨਾ ਆਉਂਦੀ। ਤੇ ਹਜ਼ੂਰ ਨੇ ਪੁੱਛਿਆ ਅੰਮਾ ਮੈਨੂੰ ਜਾਣ ਦੇ, ਤੇ ਔਖਿਆਂ ਸੌਖਿਆਂ ਨਾ ਹਜ਼ੂਰ ਜਾਣੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ। ਹਲੀਮਾ ਸਾਦੀਆਂ ਨੇ ਇਜਾਜ਼ਤ ਦੇ ਦਿੱਤੀ ਵੀ ਠੀਕ ਹੈ ਪੁੱਤਰ ਤੂੰ ਚਲਾ ਜਾ, ਤੇ ਹੁਣ ਭਰਾ ਦੇ ਨਾਲ ਬੱਕਰੀਆਂ ਚਰਾਣ ਹਜ਼ੂਰ ਚਲੇ ਗਏ। ਤੇ ਜਦੋਂ ਬੱਕਰੀਆਂ ਚਰਾਉਂਦੇ ਚਰਾਉਂਦੇ ਨਾ ਆਪ ਦਾ ਵੀਰ ਉੱਧਰ ਬੱਕਰੀਆਂ ਪਿਆ ਚਰਾਉਂਦਾ, ਸੋਹਣਾ ਹਜ਼ੂਰ ਇੱਧਰ ਪਿਆ ਬੱਕਰੀਆਂ ਚਰਾਉਂਦੇ ਨੇ। ਇਹ ਮੈਂ ਇੱਕ ਮਿਸਾਲ ਦਿੱਤੀ ਗੱਲ ਸਮਝਣ ਵਾਸਤੇ ਵੀ ਦੋਵਾਂ ਵਿੱਚ ਵਿੱਥ ਸੀ, ਵਿਰਲ ਸੀ, ਥੋੜ੍ਹਾ ਜਿਹਾ ਸਨ ਸੀ ਬੱਕਰੀਆਂ ਚਰਾਉਣ ਵਿੱਚ। ਤੇ ਹਜ਼ੂਰ ਕੋਲ ਨਾ ਆਪ ਦਾ ਰਜ਼ਾਈ ਭਾਈ ਜਿਹੜਾ ਅੰਮਾ ਹਲੀਮਾ ਸਾਦੀਆ ਦਾ ਪੁੱਤਰ ਪਹਿਲੇ ਬੱਕਰੀਆਂ ਚਰਾਉਣ ਜਾਂਦਾ ਸੀ, ਉਹ ਭੱਜਦਾ ਭੱਜਦਾ ਨਾ ਹਜ਼ੂਰ ਕੋਲ ਆ ਗਿਆ, ਤੇ ਉਹ ਸਾਂ ਉਹਨੂੰ ਉਤਾਂ ਹੇਠਾਂ ਤੇ ਹੇਠਾਂ ਉਤਾਂ ਤੇ ਅਰਦ ਕਰਦਾ, ਸੋਹਣਿਆ ਮੁਹੰਮਦ ਹਜ਼ੂਰ ਪਾਕ ਨੇ ਫਰਮਾਇਆ ਕੀ ਗੱਲ ਹੈ? ਉਹ ਨਾ ਮੇਰੀ ਬੱਕਰੀ ਨਾ ਬਗਿਆੜ ਸ਼ੇਰ ਲੈ ਗਿਆ, ਜਦੋਂ ਇੰਨੀ ਆ ਕੇ ਆਖੀ ਨਾ, ਤੇ ਹਜ਼ੂਰ ਪਾਕ ਨੇ ਆਖਿਆ ਹੋਣਿਆ ਉਮਰ ਥੋੜੀ ਜਿਹੀ ਛੋਟੇ ਸੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ।
हजूर ने आख्या आपा अम्मा आपा भुल जानने हां मुमकिनात दा लफ्ज कहना जायज होंदा हजूर ने आख्या जाने आलम सल्लल्लाहु अलैहि वसल्लम दे गुलामो आपा अम्मा आपा भुल चालने हां ते वीर कहना लग्या ना ना सोनिया जदों दा वेड़े आया साडे वेड़ियों चानन नहीं मुक्या बकरी तू लै ते दे एदा बड़ा मिठा जिहा तर्जमा कीता सखी सुल्तान माऊ ने जे सुभान अल्लाह बोलों ता ते सखी सुल्तान बाहू फरमा दे चढ़ वे छन्ना ते करे रशनाई ओ तेरा जिक्र करें दे तारे गलिया दे बिच फिरन नी माने ओ जिवें लाला दे बंजारे उशाला मुसाफे कोई ना थी वे ओ यारा कख जिन्ना तो ए पारे जिन्हानू मिलिया नबी सहारा हूँ सुल्तानिया हक बहू हक बहू मदीने आला उम्र भावा थोड़ी है पर सरदार सरदार ही होंदे ने कमली वाले टोरे टोरे गए जाके जंगल दे सामने आप खड़ो गए हजूर ने सद मारे आवाज मारी जे तुसी सुभान अल्लाह बोलो ते तरन्नम जी ना सुना ते मेरे नबी चलदियां चलदियां जेड़े वेले जंगल दे सामने गए ते नबियां दे इमाम ने फरमाया ओ जंगल दे ओ शेरो जंगल दे शेर सामने आ गए हाथ बन के जंगल दे शेर खलो गए ने ते अर्द करदे ने सोने हुकम वे की हुकम नबी करीम ने फरमाया ओ तुहाडे चो केड़ा मेरे वीर दी बकरी लैके गया है अर्द की सोने असा बकरी नहीं चुकी ते नबी करीम ने फरमाया मैं ते सारिया नू नहीं बुलाया मैं ते ओनू सद मारिया है जेड़ा मेरे वीर दी बकरी लैके गया है सारे शेर पीछा चले गए एक बड़ेरा बुढ़ी उम्र का शेर अगे आ गया उन्हें हाथ जोड़े ने अर्ज की सुने बकरी मैं चकी है नबी करीम नू जला ले आया आपने फरमाया तेरी जुर्रत किवें हुई मेरे वीर दी बकरी क्यों चकी है अर्ज कर दे सुने मैं बकरी जरूर चकी है पर मां दाग देना ना वालिया एक सकीम ते चकी है मेरे दिल च एक ख्याल आया सुनिया
जो मैं जवान सा मेरे कना तक खबर पै गई एक नबिया का इमाम आवेगा रब ने उन्हें सोना बड़ा बनाया है ते मैं जड़े वेले वडेरा हो गया वा सोने जदो मैं आखिर उम्र ते पड़ गया मा पर मैं तेरी दीद नहीं सी की थी पर सोनिया जड़े वेले तू बकरियां चराने आया है मैं तेरे वीर दी बकरी चुक के ले आया वा तू वीर दी बकरी छड़ाने आवेगा मैं तेरी दीद कर लवांगा सोनिया मैं तेरी दीद कर लवांगा सोनिया मैं बकरी एवे नहीं चकी मैं ते तेरिया उड़ीकां च बैठा सा ए कदी मेरा दा लगे कदी मेरी कोई स्कीम बने मैं तेरे वीर दी बकरी ता चकी है तू बकरी छड़ाने आवेगा मैं नबियां दा इमाम डिठ लवांगा ते एदा ही तर्जमा सोना शेर मोहम्मद शरकपुरी ने कीता फरमांदे मैं विच उदी का उम्र गुजारी मैं विच उदी का उदी का उदी उम्र गुजारी ते मैं हर दम ओ बाजा ओ मारा ते शेर अपने ओ बल पाहुन फेरा ते मेरी उजड़ी नुआन पहा अल्लाह तुहानू सलामत रखे हजूर दे गुलामों मैं सोनिया बकरी जरूर चकी है पर इस सकीम ते चकी है तू बकरी छुड़ान आवेगा मैं तेरी दीद कर लवांगा उच्ची बोलो सुभान अल्लाह यार वेखो मैं तुहाडा पंध पल्ले पाया कि नहीं पाया ਤੁਸੀਂ ਜਿੱਥੋਂ ਵੀ ਆਏ ਜੇ ਬਵਾ ਆਸੀ ਸਾਹਿਬ ਦਾ ਨਾਂ ਸੁਣ ਕੇ ਆਏ ਜੇ ਤੇ ਬਵਾ ਜਿੰਦਾ ਵੀ ਸੁਣ ਕੇ ਆਏ ਜੇ ਅੱਲਾਹ ਉਹਨਾਂ ਨੂੰ ਇਸ ਤਾਂ ਦਾ ਫਰਮਾਏ ਇਮਰਾਨ ਆਸੀ ਸਾਹਿਬ ਨੂੰ ਕਿ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਸ਼ੌਕ ਨਾਲ ਹਜ਼ੂਰ ਦੇ ਗੁਲਾਮੋ ਵੇਖੋ ਪਹਿਲਾ ਮਸਲਾ ਉਹ ਹਜ਼ੂਰ ਦੀ ਜਾਲੀਆਂ ਦੇ ਸਾਹਮਣੇ ਬਹਿ ਗਿਆ ਆਸ਼ਕਾਂ ਵਾਲਾ ਤੇ ਹਜ਼ੂਰ ਤੇ ਦਰੂਦ ਪੜਨ ਵਾਲਾ ਦੂਜਾ ਮਸਲਾ ਮੈਂ ਤੈਨੂੰ ਸੁਣਾਇਆ ਹਜ਼ੂਰ ਪਾਕ ਦੇ ਗੁਲਾਮ ਸ਼ੇਰ ਵਾਲਾ ਤੇ ਤੀਜਾ ਮਸਲਾ ਹਜ਼ੂਰ ਪਾਕ ਦੇ ਸ਼ੇਰ ਤੋਂ ਸ਼ੇਰ ਵਾਲੀ ਗੱਲ ਲੈ ਕੇ ਇਹ ਸੁਣਾਇਆ ਹੀ ਜੇ ਤੈਨੂੰ ਤਿੰਨਾਂ ਗੱਲਾਂ ਦੀ ਠਾਰ ਆਈ ਏ ਸੀਨਾ ਠਰਿਆ ਸੋਹਣੇ ਦੇ ਗੱਲਾਂ ਨਾਲ ਤੇ ਮੁੜ ਸੀਨੇ ਦਾ ਟਿਲ ਲਾ ਕੇ ਬੋਲ ਸੁਭਾਨ ਅੱਲਾਹ ਤੇ ਮੀਆਂ ਸਾਹਿਬ ਨੇ ਬੜਾ ਮਿੱਠਾ ਜਿਹਾ ਤਰਜਮਾ ਕੀਤਾ ਕਿ ਹਜ਼ੂਰ ਦੀਆਂ ਗੱਲਾਂ ਏਡੀਆਂ ਸੋਹਣੀਆਂ ਨੇ ਕਿ ਰਾਤ ਛੋਟੀ ਪੈ ਜਾਂਦੀ ਹਜ਼ੂਰ ਦੀਆਂ ਗੱਲਾਂ ਜਾਰੀ ਰਹਿੰਦੀਆਂ ਨੇ ਤੇ ਮੈਂ ਹੁਣ ਮੀਆਂ ਸਾਹਿਬ ਪੜੂੰਗਾ ਤੀਸਰੇ ਅੰਗ 'ਚ ਜੇ ਬੋਲੋ ਸੁਭਾਨ ਅੱਲਾਹ ਤਾਂ मेरे नबी दियां गल्लां है ही एडियां चंगियां ते इसलिए मियां साहब फरमांदे कख सवा ओए कख सवा दना मिसरी अंदर ओए असी खन्ना भी चख दिठियां पर ये ना सारिया चीजा नालो ओ गल्ला सजन दिया मिठिया ओ ये ना सारिया ओ चीजा नालो ओ गल्ला सजन दिया मिठिया गल्ला वही दिया मिठ
ਆਸ਼ੀਆਂ ਤੇ ਮੀਆਂ ਸਾ ਫਰਮਾਦੇ ਆ ਸਜਣਾ ਓਏ ਆ ਸਜਣਾ ਓ ਜੇ ਤੂੰ ਸਜਣਾ ਓ ਬਿਨ ਸਜਣਾ ਤੂੰ ਨਹੀਂ ਓ ਸਜਣਾ ਓ ਜਿੰਨੇ ਮੇਰੇ ਸਜਣ ਨੂੰ ਤੱਕਿਆ ਓ ਨਾ ਰਜਿਆ ਤੇ ਨਾ ਰਜਣਾ ਆਓ ਹਜ਼ੂਰ ਜਾਣ ਆਲੇ ਇਹ ਸਪੀਕਰ ਤੋਂ ਬਗੈਰ ਬੋਲੋ ਫਸਬਾਨ ਅੱਲਾ